ਸਤਿ ਸ਼੍ਰੀ ਅਕਾਲ ਵੀਵਰਸ, ਸਵਾਗਤ ਹੈ ਤੁਹਾਡਾ ਟ੍ਰੈਂਡਿੰਗ ਕਲੈਕਸ਼ਨ 'ਚ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਕਰਵਾ ਚੌਥ ਕਲੈਕਸ਼ਨ, ਜਿਹਦੇ 'ਚ ਸਰਾਰਾ ਸੂਟ ਨੇਗੇ, ਨਾਇਰਾ ਕੱਟ ਸੂਟ ਆ, ਪਾਰਟੀ ਵੇਅਰ ਸੂਟ ਆ। ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਫਸਟ ਆਰਟੀਕਲ ਇਫ ਸ਼ਾਰਟ ਫਰੋਕ ਹੈਗੀ ਨਾਇਰਾ ਕੱਟ 'ਚ, ਜਾਰਜੈਟ ਦਾ ਸਟਾਫ ਹੈਗਾ, ਇੱਥੇ ਮਿਰਰ ਵਰਕ ਹੋਇਆ ਹੋਇਆ, ਸਿਲਵਰ ਕਲਰ ਦਾ ਵਰਕ ਹੈ ਇਹਦਾ। ਸਾਈਡ ਡੋਰੀਆਂ ਨੇ ਦੋਨੋਂ ਸਾਈਡ 'ਤੇ, ਨਾਇਰਾ ਕੱਟ ਆ। ਫਰੰਟ ਔਰ ਬੈਕ ਸੇਮ ਆ, ਇਹਦੇ ਨਾਲ ਜਿਹੜਾ ਪਲੇਨ ਸਰਾਰਾ ਆ, ਇਹਦੇ ਨਾਲ ਦੁਪੱਟਾ ਆ, ਔਰ ਦੁਪੱਟੇ ਉੱਤੇ ਸਿਲਵਰ ਲੈਸ ਲੱਗੀ ਹੈ। ਚਾਰੋਂ ਸਾਈਡ 'ਤੇ ਜਿਹੜੀ ਲੈਸ ਲੱਗੀ ਹੈ। ਇਹਦੇ 'ਚ ਆਪਣੇ ਕੋਲ ਦੋ ਕਲਰ ਆ ਜਿਹੜੇ ਉਹ ਅਵੇਲੇਬਲ ਨੇਗੇ, ਇੰਗਲਿਸ਼ ਕਲਰ ਆ ਇਹਦੇ, ਇਹ ਸੈਕਿੰਡ ਕਲਰ ਆ। ਸੇਮ ਮਿਰਰ ਵਰਕ ਹੋਇਆ, ਸਿਲਵਰ ਜਰੀ ਦਾ ਵਰਕ ਹੋਇਆ ਹੋਇਆ, ਨਾਇਰਾ ਕੱਟ ਆ, ਦੋਨੋਂ ਸਾਈਡ 'ਤੇ ਡੋਰੀਆਂ ਨੇਗੀਆਂ। ਸੇਮ ਬੈਕ ਆ, ਅੰਦਰਲੀ ਸਾਈਡ ਆ ਜਿਹੜਾ ਇਹਦੇ ਲਾਈਨਿੰਗ ਲੱਗੀ ਹੋਈ ਹੈ, ਨੀਚੇ ਵੀ ਇਹਦੇ ਪ੍ਰੋਪਰ ਜਿਹੜਾ ਜਾਰਜਟ ਦਾ ਵਰਕ ਹੋਇਆ। ਫਰੰਟ 'ਤੇ ਇਹਦੇ ਜਿਹੜਾ ਬਾਰਡਰ ਬਣਿਆ ਹੋਇਆ, ਪਿੱਛੇ ਬਾਰਡਰ ਨਹੀਂ ਹੈ, ਪਿੱਛੇ ਪਲੇਨ ਆ ਜਿਹੜਾ ਮਿਰਰ ਵਰਕ ਹੋਇਆ ਹੋਇਆ ਇਹਦੇ ਬੈਕ 'ਤੇ। ਇਹਦੇ ਨਾਲ ਵੀ ਪਲੇਨ ਸ਼ਰਾਰਾ ਆ, ਇਹਦੇ ਅੰਦਰ ਲਾਈਨਿੰਗ ਲੱਗੀ ਹੋਈ ਹੈ, ਪਲੇਨ ਦੁਪੱਟਾ ਆ ਪਰ ਸਿਲਵਰ ਜਿਹੜੀ ਲੈਸ ਲੱਗੀ ਹੈ ਇੱਥੇ। ਨੈਕਸਟ ਇਹ ਵੀ ਫਰੋਕ ਆ ਪਰ ਇਹ ਨਾਇਰਾ ਕੱਟ 'ਚ ਨਹੀਂ ਹੈਗੀ, ਸਾਰਾ ਵਰਕ ਹੋਇਆ ਹੋਇਆ ਫਰੋਕ 'ਤੇ। ਨੀਚੇ ਬਹੁਤ ਅੱਛੀ ਇਹਦੀ ਜਿਹੜੀ ਲੈਸ ਲੱਗੀ, ਇਹਦੇ ਜਿਹੜੇ ਬੈਕ ਹੈਗੀ ਉਹ ਪਲੇਨ ਹੈਗੀ, ਨੀਚੇ ਉੱਪਰ ਵਰਕ ਹੋਇਆ ਹੋਇਆ, ਗੋਲਡਨ ਪਾਈਪਿੰਗ ਲੱਗੀ ਹੈ ਬਾਜੂ 'ਤੇ ਵੀ ਗਲੇ 'ਤੇ ਵੀ। ਇਹਦੇ ਨਾਲ ਪਲੇਨ ਸ਼ਰਾਰਾ ਆ, ਚੋਣਾ ਪਾ ਕੇ ਸ਼ਰਾਰਾ ਬਣਿਆ ਹੋਇਆ, ਔਰ ਫੁੱਲ ਦੁਪੱਟਾ ਹੈ ਇਹਦਾ, ਗੋਲਡਨ ਕਲਰ ਦੀ ਲੈਸ ਲੱਗੀ ਹੈ ਚਾਰੋਂ ਸਾਈਡ 'ਤੇ। ਇਹਨਾਂ ਦੇ ਜਿਹੜੇ ਸਾਈਜ਼ ਆ ਉਹ ਫ੍ਰੀ ਸਾਈਜ਼ ਨੇਗੇ। ਆਰਟੀਕਲ ਆ ਜਿਹੜਾ ਇਹ ਲੌਂਗ ਨਾਇਰਾ ਕੱਟ 'ਚ, ਪਹਿਲਾਂ ਮੈਂ ਤੁਹਾਨੂੰ ਸ਼ੋਰਟ 'ਚ ਦਿਖਾਇਆ ਸੀ, ਇਹ ਲੌਂਗ 'ਚ ਸਾਰੇ ਵਰਕ ਹੋਇਆ ਹੋਇਆ ਨੀਚੇ ਤੱਕ, ਬਹੁਤ ਅੱਛਾ ਇਹਦਾ ਨੀਚੇ ਘੇਰਾ ਬਣਿਆ ਹੋਇਆ, ਇਹਦੇ ਵੀ ਡੋਰੀਆਂ ਲੱਗੀਆਂ ਨੇਗੀਆਂ, ਇਹ ਜਾਰਜਟ 'ਚ ਚੋਣਾਂ ਤੋਂ ਉੱਪਰ ਜਿਹੜੀ ਉਹਦੇ 'ਤੇ ਸਾਰੇ ਵਰਕ ਹੋਇਆ ਹੋਇਆ ਸਿੱਪੀ ਦਾ, ਨੀਚੇ ਪਲੇਨ ਆ, ਜਾਰਜਟ 'ਚ ਹੀ ਆ ਬਟ ਪਲੇਨ ਆ। ਇਹਦੇ ਨਾਲ ਜਿਹੜਾ ਹੈ ਸ਼ਰਾਰਾ ਆ, ਅੰਦਰ ਲਾਈਨਿੰਗ ਲੱਗੀ ਹੋਈ ਆ, ਇਹਦੇ ਦੁਪੱਟੇ 'ਤੇ ਵੀ ਵਰਕ ਹੋਇਆ ਹੋਇਆ, ਫੁੱਲ ਦੁਪੱਟਾ ਆ ਔਰ ਸਾਰੇ ਦੁਪੱਟੇ 'ਤੇ ਵਰਕ ਹੋਇਆ, ਸਾਈਡਾਂ 'ਤੇ ਜਿਹੜਾ ਸੇਮ ਇਹਦੇ ਬਾਰਡਰ 'ਤੇ ਬਣਿਆ ਹੋਇਆ ਹੈਗਾ। ਵਿੱਚ ਇਹਦੇ ਗੋਲਡਨ ਸਿੱਪੀ ਨਾਲ ਜਿਹੜਾ ਹੈਗਾ ਫਲਾਵਰ ਬਣੇ ਹੋਏ ਆ, ਵਰਕ ਹੋਇਆ ਹੋਇਆ। ਨੈਕਸਟ ਇਹ ਵੀ ਆਪਣੇ ਕੋਲ ਜਿਹੜਾ ਲੌਂਗ 'ਚ ਨਾਇਰਾ ਕੱਟ ਆ, ਬਹੁਤ ਪਿਆਰਾ ਪੀਸ ਆ, ਸਾਈਡਾਂ 'ਤੇ ਇਹਦੇ ਵੀ ਡੋਰੀ ਹੈ ਦੋਨੋਂ ਸਾਈਡ 'ਤੇ, ਇਹਦੇ ਅੰਦਰ ਬਾਜੂ ਵੀ ਦਿੱਤੀਆਂ ਹੋਈਆਂ ਜੇ ਤੁਸੀਂ ਲਗਵਾਉਣੀਆਂ ਨੇ। ਫੁੱਲ ਜਿਹੜੀ ਹੈਗੀ ਹੈਗੀ ਵਰਕ ਹੋਇਆ ਹੋਇਆ ਇਹਦੇ ਸਿਲਵਰ ਕਲਰ ਦਾ, ਨੀਚੇ ਬਹੁਤ ਪਿਆਰਾ ਜਿਹਾ ਜਿਹੜਾ ਇਹਦਾ ਬਾਰਡਰ ਬਣਿਆ ਹੋਇਆ, ਸਾਰਾ ਪੀਸ ਦੇਖੋ ਤੇ ਬਹੁਤ ਅੱਛਾ ਪੀਸ ਬਣਿਆ ਹੋਇਆ। ਬੈਕ ਇਹਦੀ ਪਲੇਨ ਹੈਗੀ,
ਇਹਦੀ ਬੈਕ ਤੇ ਬਹੁਤ ਸੋਹਣੇ ਲਟਕਣ ਨੇਗੇ। ਇਹਦੇ ਨਾਲ ਆ ਜਿਹੜਾ ਇਹ ਸ਼ਰਾਰਾ ਆ, ਇਹਦੇ ਦੁਪੱਟੇ ਤੇ ਆ ਜਿਹੜੀ ਉਹ ਸਿਲਵਰ ਸਮੋਸਾ ਲੈਸ ਲੱਗੀ ਆ ਕੱਟ ਵਾਲੀ, ਚਾਰੋ ਸਾਈਡ ਤੇ ਇਹਦੇ ਦੁਪੱਟੇ ਤੇ ਜਿਹੜੀ ਲੈਸ ਲੱਗੀ ਹੋਈ ਹੈ। ਨੈਕਸਟ ਜਿਹੜਾ ਆਪਣਾ ਪੀਸ ਆ, ਇਹ ਕੁੜਤੀ ਨਾਲ ਸ਼ਰਾਰਾ ਆ, ਸ਼ਾਰਟ ਕੁੜਤੀ ਆ ਵਿਦ ਸ਼ਰਾਰਾ ਆ, ਬਹੁਤ ਅੱਛਾ ਇਹਦੇ ਗਲੇ ਤੇ ਜਰੀ ਦਾ ਵਰਕ ਹੋਇਆ ਹੋਇਆ, ਹੈਂਡ ਵਰਕ ਦਾ ਵੀ ਟੱਚ ਦਿੱਤਾ ਗਿਆ, ਪੂਰੀ ਜਿਹੜੀ ਸ਼ਰਟ 'ਚ ਵਰਕ ਹੋਇਆ ਹੋਇਆ। ਇਹ ਨੀਚੇ ਦਾ ਬਾਰਡਰ ਆ, ਇਹਦੇ 'ਚ ਪ੍ਰੋਪਰ ਲਾਈਨਿੰਗ ਲੱਗੀ ਹੈ ਸਾਰੀ ਸ਼ਰਟ 'ਚ, ਇਹਦੀਆਂ ਬਾਜੂ ਸੇਮ ਨੇ ਜਿੱਦਾਂ ਇਹਦਾ ਬਾਰਡਰ ਬਣਿਆ ਹੋਇਆ। ਇਹ ਵੀ ਜਾਰਜਟ ਜਿਹੜਾ ਇਹਦਾ ਸਟਾਫ ਹੈਗਾ, ਬੈਕ ਬੈਕ ਪਲੇਨ ਹੈਗੀ। ਇਹਦੇ ਸ਼ਰਾਰੇ 'ਤੇ ਜਿਹੜਾ ਉਹ ਵੀ ਵਰਕ ਹੋਇਆ ਹੋਇਆ, ਜਿੱਥੋਂ ਸ਼ਰਾਰੇ ਦੀਆਂ ਚੋਣਾਂ ਸਟਾਰਟ ਹੁੰਦੀਆਂ ਉਹਦੇ 'ਤੇ ਜਿਹੜਾ ਹੈਗਾ ਪੱਟੀ ਲੱਗੀ ਹੋਈ ਹੈ ਜਿੱਦਾਂ ਦੀ ਬਾਜੂ 'ਤੇ ਆ। ਬਹੁਤ ਫਲੇਅਰ ਵਾਲਾ ਜਿਹੜਾ ਇਹਦਾ ਹੈਗਾ ਸ਼ਰਾਰਾ ਆ, ਇਹਦੇ ਨਾਲ ਨੈੱਟ ਦਾ ਦੁਪੱਟਾ ਆ, ਔਰ ਦੁਪੱਟੇ ਦੇ ਚਾਰੋਂ ਸਾਈਡ 'ਤੇ ਜਿਹੜੀ ਗੋਲਡਨ ਲੈਸ ਲੱਗੀ ਆਰਟੀਕਲ ਆ। ਇਹ ਫਰੋਕ ਹੈਗੀ, ਇਹਦੇ ਗਲੇ ਤੇ ਵਰਕ ਹੋਇਆ ਗਿਆ, ਡਿਜ਼ਾਈਨਰ ਇਹਦੀਆਂ ਬਾਜੂ ਨੇਗੀਆਂ, ਬਾਜੂ ਤੇ ਵੀ ਵਰਕ ਹੋਇਆ ਗਿਆ। ਸੇਮ ਇਹ ਨੀਚੇ ਤੋਂ ਪਲੇਨ ਆ, ਪਰ ਚੋਣਾ ਨੇ ਇਹਦੇ ਚ, ਬੈਕ ਇਹਦੀ ਪਲੇਨ ਹੈਗੀ। ਇਹਦੇ ਤੇ ਜਿਹੜੀ ਹੈਗੀ ਹੈਗੀ ਪੱਟੀ ਹੈਗੀ, ਇਹਨਾਂ ਤੁਸੀਂ ਆਪਦੀ ਥੋੜੀ ਬਹੁਤ ਜਿਹੜੀ ਫਿਟਿੰਗ ਆ ਉਹਨੂੰ ਐਡਜਸਟ ਕਰ ਸਕਦੇ ਹੋ। ਇਹਦੇ ਨਾਲ ਪਲੇਨ ਪੈਂਟ ਪਲਾਜੋ ਆ ਫਰੋਕ ਨਾਲ, ਇਹਦੇ 'ਚ ਆਪਣੇ ਕੋਲ ਤਿੰਨ ਕਲਰ ਅਵੇਲੇਬਲ ਨੇਗੇ, ਇਹ ਵੀ ਫ੍ਰੀ ਸਾਈਜ਼ ਹੈ। ਦੁਪੱਟਾ ਇਹਦਾ ਪਲੇਨ ਆ ਪਿਓਰ 'ਚ ਸਟਾਰਟੀਕਲ, ਇਹ ਵੀ ਜਿਹੜਾ ਫੁੱਲ ਨਾਇਰਾ ਕੱਟ ਆ, ਪ੍ਰੋਪਰ ਵਰਕ ਹੋਇਆ ਹੋਇਆ ਸਾਰੀ ਸ਼ਰਟ 'ਚ। ਇਹਦਾ ਗਲਾ ਇਹਦੇ 'ਚ ਗੋਲਡਨ ਵਰਕ ਹੋਇਆ ਹੋਇਆ, ਸਾਈਡਾਂ 'ਤੇ ਇਹਦੀ ਜਿਹੜੀ ਹੈਗੀਆਂ ਡੋਰੀਆਂ ਬਣੀਆਂ ਹੋਈਆਂ ਜਿੱਦਾਂ ਨਾਇਰਾ ਕੱਟ ਦੇ, ਮੈਂ ਤੁਹਾਨੂੰ ਪਹਿਲਾਂ ਵੀ ਦਿਖਾਏ ਆ ਪੀਸ। ਨੀਚੇ ਬਾਰਡਰ ਬਣਿਆ ਹੋਇਆ ਬਹੁਤ ਪਿਆਰਾ, ਬੈਕ ਇਹਦੀ ਪਲੇਨ ਹੈਗੀ, ਇਹਦੇ ਨਾਲ ਵੀ ਸ਼ਰਾਰਾ ਆ, ਫੁੱਲ ਦੁਪੱਟਾ ਆ, ਦੁਪੱਟੇ ਤੇ ਜਿਹੜੀ ਚਾਰੋਂ ਸਾਈਡ ਤੇ ਆ ਗੋਲਡਨ ਲੈਸ ਲੱਗੀ ਹੈ। ਇਹਦੇ 'ਚ ਆਪਣੇ ਕੋਲ ਦੋ ਕਲਰ ਅਵੇਲੇਬਲ ਆ, ਨੈਕਸਟ ਕਲਰ ਇਹ ਨੈਕਸਟ ਕਲਰ ਆ ਫੁੱਲ ਨਾਇਰਾ ਕੱਟ, ਵਰਕ ਹੋਇਆ ਹੋਇਆ ਸਾਰੀ ਸ਼ਰਟ 'ਤੇ। ਡੋਰੀਆਂ ਬਣੀਆਂ, ਇਹਦਾ ਨੀਚੇ ਦਾ ਬਾਰਡਰ ਆ, ਬੈਕ ਇਹਦੀ ਪਲੇਨ ਹੈਗੀ, ਇਹਦੇ ਨਾਲ ਵੀ ਪਲੇਨ ਸ਼ਰਾਰਾ ਆ। ਇਹਦਾ ਦੁਪੱਟਾ ਆ, ਦੁਪੱਟੇ ਦੇ ਚਾਰੋਂ ਸਾਈਡ ਤੇ ਜਿਹੜੀ ਗੋਲਡਨ ਲੈਸ ਲੱਗੀ ਹੋਈ ਹੈ। ਇਹਦਾ ਲਾਸਟ ਆਰਟੀਕਲ ਸੀ, ਜੇ ਤੁਹਾਨੂੰ ਕੋਈ ਵੀ ਆਰਟੀਕਲ ਪਸੰਦ ਆਉਂਦਾ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਕਰ ਸਕਦੇ ਹੋ, ਵੀਡੀਓ ਕਾਲ ਤੇ ਤੁਸੀਂ ਦੇਖ ਸਕਦੇ ਹੋਗੇ ਸਾਰੇ ਆਰਟੀਕਲ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਐਂਡ ਸ਼ੇਅਰ ਕਮੈਂਟ ਕਰਨਾ। ਥੈਂਕ ਯੂ।